ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਟ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਮਨ ਬਿਰਤੀ ਨੂੰ ਇਕਾਗਰ ਕਰਨ ਵਾਸਤੇ, ਰਸਨਾ ਨੂੰ ਪਵਿੱਤਰ ਕਰਨ ਲਈ ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਗੁਰਮੁਖ ਪਿਆਰੇ ਉਹ ਭਾਈ ਗੁਰਦਾਸ ਜੀ ਨੇ ਲਿਖਿਆ, ਵੇਲ ਕਤਾਏ ਬਣਾਈਐ ਪਰਦਾ ਕੱਜਣ ਕੱਪੜ ਪ੍ਰਾਣੀ। ਜਿੱਦਾਂ ਕਪਾਹ ਨੂੰ ਪਹਿਲਾਂ ਵੇਲਿਆ ਜਾਂਦਾ, ਕੱਤਿਆ ਜਾਂਦਾ, ਬੁਣਿਆ ਜਾਂਦਾ, ਕੱਪੜਾ ਬਣਦਾ, ਉਸ ਕੱਪੜੇ ਤੋਂ ਵੱਖੋ ਵੱਖਰੇ ਰੂਪਾਂ ਦੇ ਵਿੱਚ ਕੋਈ ਸਾੜੀ ਬਣਾਈ, ਕਿਸੇ ਨੇ ਕੁੜਤਾ ਪਜਾਮਾ, ਕਿਸੇ ਨੇ ਧੋਤੀ, ਕਿਸੇ ਨੇ ਤਹਿਮਤ, ਕਿਸੇ ਨੇ ਚਾਦਰ, ਕਿਸੇ ਨੇ ਚੋਲਾ, ਵੱਖੋ ਵੱਖਰੇ ਰੂਪਾਂ ਵਿੱਚ ਕਪਾਹ ਦੇ ਕੱਪੜੇ ਬਣੇ ਅਤੇ ਕਪਾਹ ਨੇ ਸਾਰਿਆਂ ਦੀ ਲੱਜਾ ਢੱਕੀ, ਸਾਰਿਆਂ ਦੀ ਇੱਜ਼ਤ ਆਬਰੂ ਜਿਹੜੀ ਕਪਾਹ ਨੇ ਕੱਪੜੇ ਨੇ ਢੱਕੀ। ਭਾਈ ਗੁਰਦਾਸ ਜੀ ਨੇ ਆਖਿਆ, ਕਪਾਹ ਇੱਦਾਂ ਜਿਵੇਂ ਸਾਡੀ ਇੱਜ਼ਤ ਦੀ ਭਾਈਵਾਲ ਬਣਿਆ ਕੱਪੜਾ ਇਸ ਦੁਨੀਆ ਉੱਤੇ, ਇੱਦਾਂ ਗੁਰਮੁਖ ਪਿਆਰਿਓ ਰੂਹ ਸਾਡੀ ਵਾਸਤੇ, ਆਤਮਾ ਦੇ ਵਾਸਤੇ ਵੀ ਇੱਕ ਚੋਲਾ ਚਾਹੀਦਾ। ਜਿਨ੍ਹਾਂ ਨੇ ਆਤਮਾ ਦੇ ਗਲ ਵਿੱਚ ਚੋਲਾ ਪਾਇਆ ਅਤੇ ਗੁਰਮੁਖੋ ਕਪਾਹ ਤੋਂ ਕੱਪੜਾ ਬਣ ਗਿਆ, ਚੋਲਾ ਬਣ ਗਿਆ, ਹੁਣ ਆਤਮਾ ਦੇ ਚੋਲੇ ਵਾਸਤੇ ਕਿਹੜਾ ਕੱਪੜਾ ਚਾਹੀਦਾ, ਆਤਮਾ ਦੇ ਚੋਲੇ ਬਣਾਉਣ ਲਈ ਕਿਹੜੇ ਕੱਪੜੇ ਦੀ ਜ਼ਰੂਰਤ ਹੈ? ਅਤੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਉਹ ਕਹਿੰਦੇ ਨੇ ਇੱਦਾਂ ਦਾ ਕੱਪੜਾ ਤੂੰ ਬਣਾ। ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਰਾਗ ਵਿੱਚ ਕਹਿੰਦੇ ਨੇ, ਸਾਚ ਧੜੀ ਮਨ ਮਾਂਡੀ ਹੈ ਕਾਪੜ ਪ੍ਰੇਮ ਸਿੰਗਾਰ। ਸੱਜਣਾ ਤੂੰ ਪ੍ਰੇਮ ਦਾ ਕੱਪੜਾ ਬਣਾ, ਪ੍ਰੇਮ ਦਾ ਕੱਪੜਾ ਤੂੰ ਲੈ ਕੇ ਆ ਅਧਿਆਤਮਕ ਆਤਮਾ ਦੇ ਚੋਲੇ ਵਾਸਤੇ। ਚੌਥੇ ਪਾਤਸ਼ਾਹ ਨੇ ਰਾਗ ਸੋਰਠ ਵਿੱਚ ਆਖਿਆ, ਤੂੰ ਖਿਮਾ ਦਾ ਕੱਪੜਾ ਲੈ ਕੇ ਆ, ਖਿਮਾ ਦਾ ਜੇ ਆਤਮਾ ਦੇ ਗਲ ਚੋਲਾ ਪਾਉਣਾ। ਹਰ ਹਰ ਸਿੰਗਾਰ ਬਣਾਵੋ ਹਰ ਜਨ, ਹਰ ਕੱਪੜ ਪੈਰੋ ਖਿਮਕਾ। ਅੱਗੇ ਸਤਿਗੁਰੂ ਜੀ ਇੱਕ ਜਗ੍ਹਾ ਫਰਮਾਉਂਦੇ ਨੇ, ਹਰ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਉਹਦੀ ਸਿਫਤ ਸਲਾਹ ਦਾ ਕੱਪੜਾ ਲੈ ਕੇ ਆ ਜੇ ਤੂੰ ਆਤਮਾ ਦੇ ਗਲ ਚੋਲਾ ਪਾਉਣਾ ਬਣਾ ਕੇ। ਜਦੋਂ ਗੁਰਮੁਖ ਪਿਆਰਿਓ ਜੀਵ ਆਤਮਾ ਰੂਪ ਕੰਨਿਆ ਪ੍ਰਭੂ ਰੂਪੀ ਪਿਤਾ ਰੂਪੀ ਬਾਬਲ ਤੋਂ ਦਾਜ ਮੰਗਦੀ ਏ, ਅਤੇ ਇਸ ਜੀਵ ਰੂਪੀ ਕੰਨਿਆ ਨੇ ਰੱਬ ਬਾਬਲ ਦੇ ਪਾਸੋਂ ਵੇਖੋ ਦਾਜ ਕਿਹੜਾ ਮੰਗਿਆ। ਉਹ ਕਹਿੰਦੀ, ਮੇਰੇ ਪ੍ਰਭੂ ਪਰਮੇਸ਼ੁਰ ਪਿਤਾ ਬਾਬਲਾ, ਮੈਨੂੰ ਇੱਦਾਂ ਦਾ ਦਾਜ ਦੇ, ਮੈਨੂੰ ਇੱਦਾਂ ਦਾ ਦਾਜ ਦੇ, ਹਰੀ ਦਾ ਦਾਜ, ਹਰੀ ਰੂਪ ਕੱਪੜਾ, ਜਿਹਦੇ ਨਾਲ ਮੇਰੇ ਕਾਰਜ ਵੀ ਸੌਰ ਜਾਣ ਅਤੇ ਮੇਰੀ ਦਰਗਾਹ ਦੇ ਵਿੱਚ ਪਤ ਵੀ ਰਹਿ ਜੇ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਹਰੀ ਦਾ ਕੱਪੜਾ ਮੈਨੂੰ ਦੇ ਜਿਹਦੇ ਨਾਲ ਮੇਰੀ ਲਾਜ ਰਵੇ।
ਸਤਿਗੁਰ ਕਹਿੰਦੇ ਨੇ ਸਿਬਤ ਸ਼ਰਮ ਕਾ ਕੱਪੜਾ ਮੰਗਾਂ, ਮੈਨੂੰ ਸਿਬਤ ਸ਼ਰਮ ਦਾ ਕੱਪੜਾ ਦੇ ਜਿਹੜਾ ਮੈਂ ਆਤਮਾ ਦਾ ਚੋਲਾ ਸੀ ਸਕਾਂ। ਗੁਰਮੁਖ ਪਿਆਰਿਓ, ਜਦੋਂ ਇੱਕ ਜਿਵੇਂ ਇੱਕ ਪਤਨੀ ਪਤੀ ਲਈ ਸ਼ਿੰਗਾਰ ਕਰਦੀ ਏ, ਇੱਦਾਂ ਜੀਵ ਆਤਮਾ ਇਸਤਰੀ ਪ੍ਰਭੂ ਪਤੀ ਲਈ ਸ਼ਿੰਗਾਰ ਕਰਦੀ ਹੋਈ ਜਿੱਥੇ ਹੋਰ ਸ਼ੁਭ ਗੁਣਾਂ ਦੀ ਮੰਗ ਕਰਦੀ ਏ, ਉੱਥੇ ਕਹਿੰਦੀ ਏ ਮੈਨੂੰ ਪਰਮੇਸ਼ਰ ਪੱਟ ਦੇ, ਪਰਮੇਸ਼ਰ ਦਾ ਕੱਪੜਾ, ਪਰਮੇਸ਼ਰ ਦੇ ਨਾਮ ਦਾ, ਜਿਹਦੇ ਨਾਲ ਮੇਰੀ ਦਰਗਾਹੇ ਇੱਜ਼ਤ ਰਹਿ ਜੇ। ਮਧਸੂਦਨ ਕਰ ਮੁੰਦਰੀ ਪਹਿਰਾਉ, ਪਰਮੇਸ਼ਰ ਪੱਟ ਲਈ। ਗਰੀਬ ਨਵਾਜ਼ ਪਾਤਸ਼ਾਹ ਨੇ ਗੁਰਮੁਖੋ ਇਹ ਵੱਖੋ ਵੱਖਰੇ ਸ਼ੁਭ ਗੁਣਾਂ ਦੇ ਕੱਪੜੇ ਸਾਨੂੰ ਦੱਸੇ ਨੇ ਜਿਹਦੇ ਨਾਲ ਆਤਮਾ ਦਾ ਚੋਲਾ ਸੀਪਣਾ। ਹੁਣ ਕੱਪੜਾ ਤਾਂ ਆ ਗਿਆ, ਪਰ ਚੋਲਾ ਕਿਵੇਂ ਸੀਪੇਗਾ? ਕੱਪੜੇ ਤੋਂ ਬਾਅਦ ਹੁਣ ਚੋਲਾ ਵੀ ਸੀਤਾ ਜਾਂਦਾ, ਅਤੇ ਗੁਰੂ ਨਾਨਕ ਮਹਾਰਾਜ ਚੋਲਾ ਸੀਣ ਦੀ ਸਾਨੂੰ ਜੁਗਤੀ ਦੱਸਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸੱਜਣਾ, ਜੇ ਤੂੰ ਆਪਣੀ ਹਉਮੈ ਨੂੰ ਮਾਰ ਲਵੇਂ ਤੇ ਤੇਰਾ ਆਤਮਾ ਦਾ ਚੋਲਾ ਤਿਆਰ ਹੋ ਜਾਏਗਾ। ਗਰੀਬ ਨਵਾਜ਼ ਫਰਮਾਉਂਦੇ ਨੇ, ਉਹ ਕਹਿੰਦੇ ਨੇ ਤੂੰ ਇੱਦਾਂ ਕਰ, ਆਪਣੀ ਹਉਮੈ ਨੂੰ, ਖੁਦੀ ਨੂੰ, ਤਕੱਬਰ ਨੂੰ ਮਾਰ। ਅਤੇ ਇਸ ਤਰੀਕੇ ਦੇ ਨਾਲ ਹਉਮੈ ਮਾਰ ਨਿਵਾਰਿਆ, ਸੀਤਾ ਹੈ ਚੋਲਾ। ਜਦੋਂ ਹਉਮੈ ਨੂੰ ਮਾਰ ਲਿਆ, ਸਮਝ ਲਾ ਕੇ ਤੇਰਾ ਆਤਮਾ ਦਾ ਚੋਲਾ ਬਣ ਕੇ ਤਿਆਰ ਹੋ ਗਿਆ। ਗੁਰਮੁਖ ਪਿਆਰਿਓ, ਜਿਨ੍ਹਾਂ ਗੁਰਮੁਖਾਂ ਨੇ ਇੱਦਾਂ ਦਾ ਚੋਲਾ ਪਾ ਲਿਆ, ਜਿਨ੍ਹਾਂ ਗੁਰਮੁਖਾਂ ਨੇ ਇੱਦਾਂ ਆਤਮਾ ਦੇ ਗਲ ਚੋਲਾ ਪਾ ਲਿਆ, ਉਹ ਪੱਤ ਵਾਲੇ ਹੋ ਕੇ ਦੁਨੀਆਂ ਤੋਂ ਸੰਸਾਰ ਤੋਂ ਗਏ, ਉਹ ਪੱਤ ਵਾਲੇ ਹੋ ਕੇ ਸੰਸਾਰ ਤੋਂ, ਦੁਨੀਆਂ ਤੋਂ ਪ੍ਰਭੂ ਦੇ ਘਰ ਵਿੱਚ ਗਏ। ਅਤੇ ਗੁਰਮੁਖੋ, ਜਿਹੜੇ ਉਸ ਨਾਮ ਤੋਂ ਵਹੀਨੇ, ਪ੍ਰਭੂ ਦੇ ਜਪ ਤੋਂ ਵਹੀਨੇ, ਗਿਆਨ ਤੋਂ ਵਹੀਨੇ ਮਨੁੱਖ ਸਨ, ਐਸਾ ਰੰਗ ਰਤੜਾ ਚੋਲਾ ਨਾ ਬਣਾ ਸਕੇ, ਉਹਨਾਂ ਦੇ ਵਾਸਤੇ ਆਖਿਆ ਕਿ ਨੰਗਾ ਦੋਜਕ ਚੱਲਿਆ, ਦਿਸੈ ਖਰਾ ਡਰਾਵਣਾ, ਉਹ ਨੰਗੇ ਹੀ ਫਿਰ ਦਰਗਾਹ ਨੂੰ ਜਾਂਦੇ ਹਨ। ਗੁਰਸਿੱਖਾਂ ਨੂੰ ਗੁਰੂ ਦੁਆਰਾ ਇਸ ਗੱਲ ਦਾ ਗਿਆਨ ਹੋ ਗਿਆ ਕਿ ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋਵੋ, ਹਰੀ ਦੇ ਨਾਮ ਨੂੰ ਪਹਿਨਣ ਨਾਲ ਨੰਗੇ ਨਹੀਂ ਹੋਈਦਾ। ਉਹ ਇਹ ਗੱਲ ਜਾਣਗੇ ਕਿ ਪਹਿਨਣਾ ਰੱਖ ਪੱਤ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਣਾ। ਪਰ ਜੋ ਮਨਮੁੱਖ ਸਨ ਗੁਰਮੁਖ ਪਿਆਰਿਓ, ਨਾਮਹੀਨ ਗਏ ਮੂੜ ਨੰਗਾ। ਨਾਮ ਤੋਂ ਬਿਨਾਂ ਮਨਮੁੱਖ ਜਿਹੜੇ ਨੇ, ਮੂਰਖ ਨੇ, ਨੰਗੇ ਹੀ ਦੁਨੀਆਂ ਤੋਂ ਗਏ। ਗੁਰਮੁਖ ਪੱਤ ਵਾਲੇ ਹੋ ਗਏ, ਮਨਮੁੱਖ ਬੇਪੱਤੇ ਚਲੇ ਗਏ। ਗੁਰਮੁਖਾਂ ਨੇ ਆਤਮਕ ਚੋਲੇ ਨੂੰ ਨਾਮ ਰੰਗਣ ਵਿੱਚ ਗੁਰਮੁਖ ਪਿਆਰਿਓ ਰੰਗ ਲਿਆ। ਗੁਰਮੁਖਾਂ ਦੇ ਐਸੇ ਚੋਲੇ ਨੂੰ ਜਦੋਂ ਸਤਿਗੁਰਾਂ ਨੇ ਸਰੀਰ ਦੀ ਮੱਟੀ ਵਿੱਚ ਨਾਮ ਦਾ ਰੰਗ ਚਾੜਿਆ, ਤੇ ਗੁਰਮੁਖ ਝੂਮ ਕੇ ਮਸਤੀ ਵਿੱਚ ਬੋਲ ਹੀ ਉੱਠੇ। ਉਹ ਜਿਹੜੇ ਗੁਰਮੁਖ ਸਨ, ਉਹ ਕਹਿੰਦੇ ਤੇਰਾ ਏਕੋ ਨਾਮ ਮਜੀਠਡਾ, ਤੇਰਾ ਏਕੋ ਨਾਮ ਮਜੀਠਡਾ, ਏਕੋ ਨਾਮ ਮਜੀਠਡਾ, ਤੇਰਾ ਏਕੋ ਨਾਮ ਮਜੀਠਡਾ, ਰੱਤਾ ਮੇਰਾ ਚੋਲਾ ਸੱਜ ਰੰਗ ਢੋਲਾ, ਰੱਤਾ ਮੇਰਾ ਚੋਲਾ ਸੱਜ ਰੰਗ ਢੋਲਾ, ਤੇਰਾ ਏਕੋ ਨਾਮ ਮਜੀਠਡਾ, ਏਕੋ ਨਾਮ ਮਜੀਠਡਾ, ਤੇਰਾ ਏਕੋ ਨਾਮ ਮਜੀਠਡਾ, ਏਕੋ ਨਾਮ ਮਜੀਠਡਾ।
ਗੁਰਮੁਖ ਪਿਆਰਿਓ ਇੱਕ ਦੁਨੀਆ ਦਾ ਰੰਗ ਆ, ਜੱਗ ਦਾ ਰੰਗ ਆ, ਇੱਕ ਰੱਬ ਦਾ ਰੰਗ ਆ। ਦੁਨੀਆ ਦੇ ਰੰਗ ਨੂੰ ਕੱਚਾ ਕਸੁੰਭ ਦਾ ਰੰਗ ਆਖਿਆ ਗਿਆ ਤੇ ਪਰਮੇਸ਼ਰ ਦੇ ਰੰਗ ਨੂੰ ਪੱਕੇ ਮਜੀਠ ਦੇ ਰੰਗ ਨਾਲ ਤੁਲਨਾ ਦਿੱਤੀ ਗਈ ਹੈ। ਕਹਿੰਦੇ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਗੁਰਮੁਖ ਪਿਆਰਿਓ, ਹੋਲੀ ਕਦੇ ਰੰਗਾਂ ਦਾ ਤਿਉਹਾਰ ਹੁੰਦਾ ਸੀ ਰੰਗਾਂ ਦਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਇਹ ਹੋਲੀ ਰੰਗਾਂ ਦੇ ਤਿਉਹਾਰ ਨੂੰ ਬੀਰ ਰੰਗ ਵਿੱਚ, ਬੀਰ ਰਸ ਵਿੱਚ ਬਦਲ ਦਿੱਤਾ। ਬੀਰ ਰਸ ਨੂੰ ਹੋਲੇ 'ਚ ਹੋਲੇ ਦਾ ਰੂਪ ਦਿੱਤਾ। ਜਦੋਂ ਐਸੇ ਹੋਲੇ ਮਹੱਲੇ ਨੂੰ ਵੇਖਿਆ ਸੰਤ ਧਿਆਨ ਸਿੰਘ ਨੇ, ਉਹਨਾਂ ਆਖਿਆ ਦੇਖੋ ਜੇ ਕੈਸੇ ਜੇ ਜੰਡੇ ਜੇ ਝੂਲੇ ਹੈ, ਤੌਂਸੋਂ ਕੀ ਧੁੰਕੋਂ ਸੇ ਸ਼ੰਭੂ ਪਾ ਭੋਲਾ, ਜੈਸੀ ਤੋ ਆਬਾ ਹੈ ਰਾਗੀ ਕੇ ਰਾਗੋਂ ਕੀ, ਤੈਸੋ ਹੀ ਮਿੱਠੋ ਹੈ ਪਿਆਰਿਓ ਕਾ ਬੋਲਾ, ਸਿੰਘੋਂ ਕੀ ਸੋਭਾ ਪੈਵਾਰੀ ਹੋ ਕੋਲੀ ਹੋ, ਆਛੇ ਹੈ ਹੀਏ ਕੋ ਤਾਲਾ ਹੈ ਕੋਲਾ, ਬਾਂਕੇ ਹੈ ਜੋਧੇ ਹੈ ਪ੍ਰੇਮੀ ਹੈ ਨੇਮੀ ਹੈ, ਤਾਂ ਹੀ ਤੇ ਪਿਆਰੇ ਜੂ ਖੇਲੋ ਜੂ ਹੋਲਾ। ਫਿਰ ਗੁਰੂ ਰਾਮ ਸਿੰਘ ਮਹਾਰਾਜ ਦਾ ਸਮਾਂ ਆਇਆ, ਉਹਨਾਂ ਨੇ ਗੁਰਮੁਖੋ ਇਸ ਹੋਲੇ ਮਹੱਲੇ ਨੂੰ ਨਾਮ ਦੀ ਰੰਗਣ ਵਿੱਚ ਰੰਗਿਆ ਤੇ ਇਸ ਤਰ੍ਹਾਂ ਰੰਗਿਆ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਟੈ ਹਰ ਰੰਗ ਚਾੜਿਆ, ਫਿਰ ਗੁਰ ਤੁੱਟੈ ਹਰ ਰੰਗ ਚਾੜਿਆ, ਫਿਰ ਬਹੁਰ ਨਾ ਹੋਵੀ ਭੰਗ, ਕਦੇ ਨਾ ਉਤਰਨ ਵਾਲਾ ਗੁਰਮੁਖ ਪਿਆਰਿਓ ਰੰਗ ਚਾੜ ਦਿੱਤਾ। ਕਹਿੰਦੇ ਮਨ ਤਨ ਰੱਤਾ ਰੰਗ ਸਿਓ ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੈ ਦੋ ਜੋ ਧੁਰ ਛੋਡਿਆ ਲਾਏ। ਐਦਾਂ ਦਾ ਰੰਗ ਚਾੜਿਆ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਜਿਹੜਾ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਸੀ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਇਸ ਰੰਗ ਨੂੰ ਹੋਰ ਵੀ ਗੂੜੀਆਂ ਕਰਦੀਆਂ ਹੋਇਆਂ ਗੁਰੂ ਰਾਮ ਸਿੰਘ ਨੇ ਛੇ ਹੋਲੇ ਕੀਤੇ। ਭੈਣੀ ਸਾਹਿਬ ਮੁਠੱਡੇ ਮਾਨਾ ਵਾਲੇ ਆਨੰਦਪੁਰ, ਜਦੋਂ ਫਿਰ ਪਾਤਸ਼ਾਹ ਜੀ ਪਰਦੇਸ ਚਲੇ ਗਏ, 27 ਸਾਲ ਹੋਲੇ ਬੰਦ ਰਹਿ। ਗੁਰੂ ਹਰੀ ਸਿੰਘ ਮਹਾਰਾਜ ਦਾ ਸਮਾਂ ਆਇਆ, 8 ਹੋਲੇ ਸਤਿਗੁਰਾਂ ਕੀਤੇ, ਜਿਨ੍ਹਾਂ 'ਚੋਂ 7 ਹੋਲਿਆਂ ਵਿੱਚ ਉਹਨਾਂ ਦਰਸ਼ਨ ਦਿੱਤੇ। ਫਿਰ ਸਮਾਂ ਆਇਆ ਗੁਰੂ ਪ੍ਰਤਾਪ ਸਿੰਘ ਮਹਾਰਾਜ ਦਾ, ਗੁਰਮੁਖ ਪਿਆਰਿਓ ਜਿਨ੍ਹਾਂ ਦਾ ਦਿਨ ਆਇਆ ਅੱਜ। ਗੁਰੂ ਪ੍ਰਤਾਪ ਸਿੰਘ ਮਹਾਰਾਜ ਦਾ ਜਦੋਂ ਸਮਾਂ ਆਇਆ, ਪਹਿਲਾ ਹੋਲਾ 1963 ਬਿਕਰਮੀ ਨੁਸ਼ਹਿਰੇ ਗੁਜਰਾਤ ਕੀਤਾ ਗਿਆ, ਦੂਜਾ ਹੋਲਾ 1964 ਗੁਜਰਾਂ ਵਾਲੇ, ਤੀਜਾ ਹੋਲਾ ਗੁਰਮੁਖ ਪਿਆਰਿਓ 1965 ਗਿੱਲੀ ਸ਼ੇਖੂਪੁਰੇ, ਚੌਥਾ ਹੋਲਾ 55 ਚੱਕ ਸਰਗੋਧੇ, ਪੰਜਵਾਂ ਹੋਲਾ 1967 ਵਿੱਚ ਖਾਸ ਲਾਹੌਰ ਹੋਇਆ, ਅਤੇ ਜਦੋਂ ਹੁਣ ਛੇਵੇਂ ਹੋਲੇ ਦਾ ਸਮਾਂ ਆਇਆ ਗੁਰਮੁਖ ਪਿਆਰਿਓ 1968 ਬਿਕਰਮੀ ਆਨੰਦਪੁਰ ਵਿੱਚ ਹੋਲਾ ਕਰ ਰਹੇ ਨੇ ਗੁਰੂ ਪ੍ਰਤਾਪ ਸਿੰਘ ਮਹਾਰਾਜ ਜੀ ਆਨੰਦਪੁਰ ਦੀ ਧਰਤੀ ਦੇ ਉੱਤੇ, ਆਨੰਦਪੁਰ ਧਰਤੀ ਦੇ ਉੱਤੇ ਦਰਸ਼ਨ ਦੇ ਰਹੇ ਨੇ। ਇਹ ਹੋਲਾ ਇਤਿਹਾਸਕ ਪੱਖ ਤੋਂ ਵੀ ਬੜਾ ਮਹੱਤਵਪੂਰਨ ਸੀ, ਅਤੇ ਕਿਉਂਕਿ ਇਹ ਹੋਲਾ ਕਦੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆਖਰੀ ਹੋਲਾ 1927 'ਚ ਗੁਰੂ ਰਾਮ ਸਿੰਘ ਨੇ ਕੀਤਾ ਸੀ। 4 ਦਹਾਕੇ ਬੀਤ ਚੁੱਕੇ ਸਨ, 1968 ਆ ਗਿਆ, 22 ਸਾਲ ਦੀ ਉਮਰ ਗੁਰੂ ਪ੍ਰਤਾਪ ਸਿੰਘ ਦੀ ਚੜ੍ਹਦੀ ਜਵਾਨੀ ਹੈ। 41 ਸਾਲਾਂ ਬਾਅਦ ਗੁਰੂ ਪ੍ਰਤਾਪ ਸਿੰਘ ਨੇ ਦੁਬਾਰਾ ਆਨੰਦਪੁਰ ਗੁਰਮੁਖੋ ਦਰਸ਼ਨ ਦਿੱਤੇ ਨੇ। ਜਦੋਂ ਆਨੰਦਪੁਰ ਸਤਿਗੁਰਾਂ ਦਰਸ਼ਨ ਦਿੱਤੇ, ਇਸ ਹੋਲੇ ਤੋਂ ਬਾਅਦ ਬੜੀ ਦੂਰੋਂ ਦੂਰੋਂ ਸੰਗਤਾਂ ਆਨੰਦਪੁਰ ਪੁੱਜੀਆਂ ਹੋਲਾ ਮਹੱਲਾ ਵੇਖਣ ਦੇ ਵਾਸਤੇ। ਇੱਕ ਠੱਠਿਆਂ ਦਾ ਨਿਹੰਗ ਸਿੰਘ ਖਾਲਸਾ, ਜਦੋਂ ਹੋਲੇ ਦਾ ਆਖਰੀ ਦਿਨ ਸੀ, ਉਹਨੇ ਹੱਥ ਜੋੜ ਕੇ ਖਲੋ ਕੇ ਆਖਿਆ, ਬਾਬਾ ਜੀ
ਤੁਹਾਡੀ ਕਿਰਪਾ ਦੇ ਨਾਲ ਐਰਕਾਂ ਹੋਲਾ ਸੁੱਖ ਸ਼ਾਂਤੀ ਦੇ ਨਾਲ ਗੁਰਮਤ ਮਰਜ਼ਾਦਾ ਦੇ ਨਾਲ ਪੂਰਾ ਹੋਇਆ ਤੁਹਾਡੀ ਕਿਰਪਾ ਦੇ ਨਾਲ। ਥਾਣੇਦਾਰ ਨੇ ਉੱਠ ਕੇ ਵੀ ਆਖਿਆ ਕਿ ਕੂਕਿਆਂ ਦੇ ਗੁਰੂ ਦੀ ਹਿੰਮਤ ਦੇ ਨਾਲ ਹੀ ਐਰਕਾਂ ਹੋਲਾ ਜਿਹੜਾ ਇਹਦੇ ਵਿੱਚ ਸ਼ਰਾਬੀਆਂ ਨੇ ਫਤੂਰ ਨਹੀਂ ਪਾਇਆ, ਗੰਦ ਨਹੀਂ ਬੋਲਿਆ। ਆਨੰਦਪੁਰ ਦੀ ਪੰਚਾਇਤ ਵੀ ਆਈ ਹੱਥ ਜੋੜ ਕੇ ਕਿ ਤੁਹਾਡੀ ਕਿਰਪਾ ਨਾਲ ਅੱਜ ਐਰਕੀ ਸਾਡੀਆਂ ਧੀਆਂ ਭੈਣਾਂ ਵੀ ਇਸ ਹੋਲੇ ਦਾ ਆਨੰਦ ਮਾਣਿਆ। ਚਾਰ ਚੁਫੇਰੇ ਸੋਭਾ ਹੋ ਰਹੀ ਹੈ ਗੁਰੂ ਪ੍ਰਤਾਪ ਸਿੰਘ ਦੀ, ਚਾਰ ਚੁਫੇਰੇ ਡੰਕਾ ਵੱਜਿਆ। ਸਿੱਖਾਂ ਨੇ ਵੀ ਜਦੋਂ ਗੁਰੂ ਪ੍ਰਤਾਪ ਸਿੰਘ ਨੂੰ ਤਖ਼ਤ ਦੇ ਉੱਤੇ ਗੁਰਮੁਖ ਪਿਆਰਿਓ ਬਿਰਾਜਮਾਨ ਹੋਇਆ ਵੇਖਿਆ, ਸਤਿਗੁਰਾਂ ਦੀ ਸਿੱਖ ਵੀ ਸੋਭਾ ਕਰਦੇ ਨੇ ਜਿੱਦਾਂ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਕਹਿੰਦੇ ਪੂਰੇ ਉਹ ਜੀ ਪੂਰੇ ਪੂਰਾ ਤਾਟ ਬਣਾਇਆ, 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 ਪੂਰੇ ਪੂਰਾ ਜੀ। ਸਤਿਗੁਰ ਪੂਰਾ ਜਾਣੀਐ, 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 ਸਤਿਗੁਰ ਪੂਰਾ ਜਾਣੀਐ। ਉਹ ਜੀ ਪੂਰੇ ਪੂਰਾ ਤਾਟ ਬਣਾਇਆ, ਪੂਰੇ ਪੂਰਾ ਤਾਟ ਬਣਾਇਆ, ਪੂਰੇ ਪੂਰਾ ਤਾਟ ਬਣਾਇਆ, ਪੂਰੇ ਪੂਰਾ ਤਾਟ ਬਣਾਇਆ। ਆਖਰੀ ਹੋਲਾ ਹੋਲੇ ਮਹੱਲੇ ਦਾ ਦਿਨ ਆ ਗੁਰਮੁਖ ਪਿਆਰਿਓ, ਆਖਰੀ ਦਿਨ ਆ ਗਿਆ। ਸਾਰੀਆਂ ਸੰਗਤਾਂ ਘਰਾਂ ਨੂੰ ਜਾ ਰਹੀਆਂ ਤੇ ਜਾਂਦੀ ਵਾਰ ਦਾ ਦਰਸ਼ਨ ਕਰਦੀਆਂ ਪਈਆਂ ਨੇ। ਕਈ ਦੁੱਖ ਸੁੱਖ ਦੀਆਂ ਅਰਜ਼ਾਂ ਕਰਦੇ ਨੇ। ਇੱਕ ਦੋ ਸਿੱਖਾਂ ਨੇ ਅਗਲੇ ਹੋਲੇ ਦੀਆਂ ਅਰਦਾਸਾਂ ਅਰਜ਼ੀਆਂ ਵੀ ਦਿੱਤੀਆਂ। ਇਸ ਮੇਲੇ 'ਤੇ ਬੜੇ ਬੜੇ ਮਹਾਤਮਾ, ਬ੍ਰਹਮ ਗਿਆਨੀ ਸੰਤ, ਬੜੇ ਬੜੇ ਪੁੱਜੇ ਹੋਏ ਮਹਾਂਪੁਰਸ਼ ਇੱਥੇ ਆਏ ਸਨ। ਬੜੀਆਂ ਰੰਗ ਰਤੜੀਆਂ ਆਤਮਾ ਸਨ ਅਤੇ ਜਦੋਂ ਸਾਰੀ ਸੰਗਤ ਬੈਠੀ ਹੈ, ਇੱਕ ਪਾਸੇ ਇੱਕ ਰੰਗ ਰਤੜੀ ਰੂਹ ਬੈਠੀ ਹੋਈ ਹੈ ਗੁਰਮੁਖ ਪਿਆਰਿਓ, ਜਿਹਦਾ ਗੁਰੂ ਨਾਲ ਬੜਾ ਜ਼ਿਆਦਾ ਅੰਦਰੋਂ ਭਿੱਜਿਆ ਹੋਇਆ ਇੱਦਾਂ ਦਾ ਪਿਆਰ ਹੈ, ਜਿਹਦੇ ਬਾਰੇ ਲਿਖਿਆ ਕਿ ਗੁਰਮੁਖ ਲਾਲੋ ਲਾਲ ਹੈ, ਰੰਗ ਮਜੀਠ ਸ ਚੜਾਓ, ਐਸਾ ਰੰਗਿਆ ਹੋਇਆ ਸਾਧ ਜੀਵਨ ਵਾਲਾ ਗੁਰਮੁਖ। ਅਤੇ ਕਿੱਦਾਂ ਦਾ ਗੁਰਮੁਖ ਜੀਵਨ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੇ ਚੁੱਪ ਭੀਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਏ, ਤੇ ਨਾਮ ਆ ਸੰਤ ਸੰਮਾ ਸਿੰਘ। ਪਿੰਡ ਆ ਗੁਰਮੁਖ ਪਿਆਰਿਓ, ਖੂਹ ਤੰਬੋਲੀ ਮਾਂਗੇ ਵਾਲੇ, ਨੰਗਾ ਪਿੰਡ ਆ, ਢਿੱਲੀ ਜੀ ਕਸ਼, ਡੋਰੀ ਨਾ ਬੱਝਾ ਹੋਇਆ ਗੜਵਾ ਮੋਢੇ 'ਤੇ ਟੰਗਿਆ, ਇੱਦਾਂ ਦਾ ਮਸਤਾਨਾ ਦੀਵਾਨਾ ਸਿੱਖ। ਸੰਤ ਮੰਗਲ ਸਿੰਘ ਜਿਹੜੇ ਸਨ, ਉਹਨਾਂ ਨੂੰ ਹੁਕਮ ਸੀ ਅਰਜ਼ਾਂ ਸੁਣਨ ਦਾ, ਜਵਾਬ ਦੇਣ ਦਾ। ਇਹ ਸੰਤ ਸੰਮਾ ਸਿੰਘ ਮੰਗਲ ਸਿੰਘ ਕੋ ਗਏ ਹੱਥ ਜੋੜ ਕੇ, ਸੰਗਤ ਵਿੱਚ ਜਾ ਕੇ ਖਲੋ ਗਏ। ਇਹਨਾਂ ਨੇ ਜਾ ਕੇ ਅਰਜ਼ ਕੀਤੀ ਮੰਗਲ ਸਿੰਘ ਨੂੰ, ਆਖਿਆ ਮੈਨੂੰ ਐਸ ਵਾਰ ਦਾ ਹੋਲਾ ਲੈ ਦਿਓ ਅਗਲਾ ਹੋਲਾ। ਮੰਗਲ ਸਿੰਘ ਕਹਿਣ ਲੱਗਿਆ, ਉਹ ਫੱਕਰਾ ਜਾ ਕੇ ਬਹਿ ਜਾ,
ਐਦਾਂ ਨਹੀਂ ਹੋਲੇ ਹੁੰਦੇ ਜਾਂ ਕਿਸੇ ਆਪਣੇ ਇਲਾਕੇ ਦੇ ਸਰਦੇ ਪੁੱਜ ਦੇ ਬੰਦੇ ਨੂੰ ਲੈ ਕੇ ਆ ਜੇ ਹੋਲਾ ਕਰਾਉਣਾ ਤੇ ਗੁਰਮੁਖੋਂ ਮੰਗਲ ਸਿੰਘ ਜਾ ਕੇ ਬਹਿ ਗਿਆ ਤੇ ਦੁਬਾਰਾ ਫਿਰ ਕੁਝ ਚਿਰ ਬਾਅਦ ਜਦੋਂ ਗਿਆ ਤੇ ਉਹਨਾਂ ਨੇ ਸੰਤ ਲੱਦਾ ਸਿੰਘ ਸੀ ਉਸ ਇਲਾਕੇ ਦੇ ਸਰਦੇ ਪੁੱਜ ਦੇ ਬੰਦੇ ਉਹਨਾਂ ਨੂੰ ਨਾਲ ਉਹ ਲੈ ਗਏ ਵੀ ਮੈਨੂੰ ਹੋਲਾ ਦੇ ਦਿਓ ਐਰਕਾਂ ਦਾ। ਉਹ ਕਹਿਣ ਲੱਗੇ ਉਹ ਇੱਦਾਂ ਨਹੀਂ ਹੋਲਾ ਮਿਣਦਾ, ਵਾਹਵਾ ਬੰਦੇ ਸਾਰੇ ਇਲਾਕੇ ਦੀ ਸੰਗਤ ਇਕੱਠੀ ਹੋ ਕੇ ਆਓ। ਅੱਗੇ ਵੀ ਦੋ ਚਾਰ ਬੰਦਿਆਂ ਨੇ ਅਰਜ਼ਾਂ ਕੀਤੀਆਂ ਹੋਲੇ ਲਈ, ਜਾਓ ਚਲ ਜਾਓ। ਸੰਤ ਸੰਮਾ ਸਿੰਘ ਫਿਰ ਜਾ ਕੇ ਬਹਿ ਗਏ ਤੇ ਤੀਜੀ ਵਾਰ ਗੁਰਮੁਖ ਪਿਆਰਿਓ ਜਦੋਂ ਗਏ ਨਾ ਤੇ ਸਤਿਗੁਰੂ ਜਿਹੜਾ ਅੰਦਰ ਵੱਸਦਾ ਸੀ ਨਾ, ਰੰਗ ਰਤੜੇ ਸਨ, ਮਨ ਭਿੱਜਾ ਸੀ ਪ੍ਰੇਮ ਵਿੱਚ, ਉਹ ਰੱਬ ਬਹਿਣ ਨਾ ਦੇਵੇ ਤੇ ਤੀਜੀ ਵਾਰ ਫਿਰ ਆ ਗਏ। ਉੱਠ ਕੇ ਹੱਥ ਜੋੜ ਕੇ ਗਲ ਪੱਲਾ ਪਾ ਆਖਣ ਲੱਗੇ ਸਾਧ ਸੰਗਤ ਜੀਓ, ਸਤਿਗੁਰੂ ਜੀਓ, ਮੈਨੂੰ ਇਸ ਵਾਰ ਦਾ ਹੋਲਾ ਦੇ ਦਿਓ। ਤੇ ਗੁਰਮੁਖ ਪਿਆਰਿਓ ਸੰਤ ਮੰਗਲ ਸਿੰਘ ਨੇ ਆਖਿਆ, ਓਏ ਘਰ ਘਰ ਗੜਵਾ ਖੜਕਾਉਂਦਾ ਫਿਰੇਗਾ, ਤੇਰੇ ਕੋਲੋਂ ਹੋਲਾ ਨਹੀਂ ਆਉਣਾ, ਤੂੰ ਕੀ ਲੈਣਾ, ਹੋਲਾ ਕਰਕੇ ਜਾ ਬਹਿ ਜਾ। ਤੇ ਸੰਤ ਸੰਮਾ ਸਿੰਘ ਨੇ ਆਖਿਆ, ਓਏ ਸੱਜਣਾ ਕੀ ਆਖਦਾ, ਉਹ ਜਿਹੜਾ ਹੋਲਾ ਕਰਾਉਣ ਵਾਲਾ ਉਹ ਤੇ ਮੇਰੀ ਬੁੱਕਲ ਵਿੱਚ ਬੈਠਾ ਹੋਇਆ। ਅਜੇ ਇੱਦਾਂ ਗੁਰਮੁਖੋਂ ਆਖਿਆ ਸੀ ਕਿ ਪਤਾ ਨਹੀਂ ਸਾਧ ਦੀ ਰਸਨਾ ਵਿੱਚ ਕੀ ਉਹ ਸਵਾਦ ਸੀ, ਕਿਹੜੀ ਉਹ ਧੁਨ ਸੀ, ਕਿੱਦਾਂ ਦੀ ਰੰਗੀ ਰੂਹ ਸੀ। ਰੋਮ ਰੋਮ ਜਿਹੜਾ ਖਿਰ ਗਿਆ, ਸਾਰਾ ਮਾਹੌਲ ਵਿਸਮਾਦਿਤ ਹੋ ਗਿਆ। ਜਦੋਂ ਮਸਤਾਨਿਆਂ ਨੇ ਇਹ ਗੱਲ ਸੁਣੀ ਸਾਰੇ ਰੰਗ ਵਿੱਚ ਆ ਗਏ। ਜਦੋਂ ਵੀ ਕੋਈ ਗੁਰਮੁਖੋਂ ਇੱਦਾਂ ਦਾ ਪਿਆਰਾ ਬੋਲਦਾ, ਉਹ ਜਦੋਂ ਰੰਗ ਵਿੱਚ ਰੰਗਿਆ ਫਕੀਰ ਬੋਲਦਾ, 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 ਜਦੋਂ ਰੰਗ ਵਿੱਚ ਰੰਗਿਆ ਫਕੀਰ ਬੋਲਦਾ, ਫਕੀਰ ਬੋਲਦਾ, ਜਦੋਂ ਰੰਗ ਵਿੱਚ ਰੰਗਿਆ ਫਕੀਰ ਬੋਲਦਾ, ਰੰਗ ਵਿੱਚ ਰੰਗਿਆ ਅਜੇ ਉਹਨੇ ਇੱਦਾਂ ਆਖਿਆ, ਓਏ ਹੋਲਾ ਕਰਾਉਣ ਵਾਲਾ ਤੇ ਮੇਰੀ ਬੁੱਕਲ 'ਚ ਬੈਠਾ। ਸੰਤ ਵਹਿਮੀ ਜੀ ਨੇ ਲਿਖਿਆ ਪਹਿਲੇ ਭਾਗ ਜਸ ਜੀਵਨ ਵਿੱਚ, ਕੇਸਰ ਸਿੰਘ ਕੇਸਰ ਕਿੱਲੀ ਕੁੱਦ ਪੇ ਦੀਵਾਨ ਵਿੱਚ। ਮੰਗਲ ਸਿੰਘ ਅਜੇ ਬੋਲਿਆ ਹੀ ਨਾ, ਉਹਨੇ ਕਿਹਾ ਓਏ ਇਸ ਵਾਰੀ ਹੋਲਾ ਸੰਮਾ ਸਿੰਘ ਦਾ, ਇਸ ਵਾਰੀ ਹੋਲਾ ਫੱਕਰਾਂ ਦਾ, ਇਸ ਵਾਰੀ ਹੋਲਾ ਮੰਗ ਤੰਗ ਦਾ। ਵੇਖੋ ਨੱਚ ਪੈ ਮਲੰਗ ਤੇ ਚੜਿਆ ਅਲਾਹੀ ਰੰਗ, ਵੇਖੋ ਨੱਚ ਪੈ ਮਲੰਗ ਤੇ ਚੜਿਆ ਅਲਾਹੀ ਰੰਗ, ਤੇ ਸੁੱਤੇ ਸਿੱਧ ਬੋਲਾ ਫਕਰਾਂ ਦਾ ਹੋ ਗਿਆ। ਲੋਕੋ ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ।
ਜੀ ਰੱਬ ਦੇ ਦੀਵਾਨੇ ਇੱਦਾਂ ਗਾਉਂਦੇ ਮਸਤਾਨੇ, ਰੱਬ ਦੇ ਦੀਵਾਨੇ ਇੱਦਾਂ ਗਾਉਂਦੇ ਮਸਤਾਨੇ, ਤੇ ਗੁਰੂ ਆਪ ਹੀ ਵਿਚੋਲਾ ਫਕਰਾਂ ਦਾ ਹੋ ਗਿਆ। ਲੋਕੋ ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਰੰਗੇ ਆਤਮਾ ਦੇ ਚੋਲੇ, ਰੰਗੇ ਆਤਮਾ ਦੇ ਚੋਲੇ, ਤੇ ਰੱਬ ਆਪ ਵਿੱਚੋਂ ਬੋਲੇ। ਉਹ ਰੰਗੇ ਆਤਮਾ ਦੇ ਚੋਲੇ ਤੇ ਗੁਰੂ ਆਪ ਵਿੱਚੋਂ ਬੋਲੇ, ਕਮਾਲ ਜੀਵਨ ਅਮੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਹੋਲਾ ਫਕਰਾਂ ਦਾ ਹੋ ਗਿਆ, ਇਸ ਵਾਰੀ ਹੋਲਾ ਫਕਰਾਂ। ਕਹਿੰਦੇ ਹੋਲਾ ਫਕਰਾਂ ਦਾ ਹੋ ਗਿਆ ਇਸ ਵਾਰ। ਗੁਰੂ ਪ੍ਰਤਾਪ ਸਿੰਘ ਨੇ ਵੀ ਇਜਾਜ਼ਤ ਦੇ ਦਿੱਤੀ, ਗੁਰਮੁਖ ਪਿਆਰੇ ਸਮਾਂ ਬੀਤ ਗਿਆ ਪਰ ਲੋਕ ਇਲਾਕੇ ਦੇ ਨਾਰਾਜ਼ ਸਨ ਕਿ ਸੰਮਾ ਸਿੰਘ ਨੇ ਸਾਨੂੰ ਪੁੱਛਿਆ ਨਹੀਂ, ਆਪੇ ਹੀ ਹੋਲਾ ਲੈ ਲਿਆ ਆਪਣੀ ਮਨ ਮਰਜ਼ੀ ਨਾਲ। ਜਦੋਂ ਹੋਲੇ ਦੇ ਦਿਨ ਫਿਰ ਨੇੜੇ ਆਏ, ਗੁਰਮੁਖੋ ਨੇੜੇ, ਸੰਮਾ ਸਿੰਘ ਗਿਆ, ਫਿਰ ਜਾਣਾ ਹੀ ਸੀ ਨਾ, ਘਰ ਵਿੱਚ ਗੁਰਾਈ ਵੀ ਕਰਨੀ ਸੀ, ਇਲਾਕੇ ਦੇ ਲੋਕਾਂ ਨੂੰ ਮਿਲਣਾ ਸੀ। ਅਤੇ ਸੰਤ ਸੰਮਾ ਸਿੰਘ ਨੇ ਪੁੱਛਿਆ ਮਾਂਗੇ ਦੇ ਲੋਕਾਂ ਨੂੰ, ਸਰਦੇ ਪੁੱਜਦੇ ਜ਼ਿਮੀਂਦਾਰਾਂ ਨੂੰ ਜਾ ਕੇ ਉਹਨੇ ਆਖਿਆ, ਉਹ ਚਲੋ ਹੋਲਾ ਆ ਗਿਆ, ਸੇਵਾ ਕਰ ਲਓ। ਉਹਨੇ ਆਖਿਆ ਹੁਣ ਸਮਾਂ ਹੈ ਆਇਆ, ਹੁਣ ਸਮਾਂ ਹੈ ਆਇਆ, ਖਾਲੀ ਚੋਲੀਆਂ ਭਰ ਲਈਏ। ਉਹ ਸਿੱਖੋ ਹੋਲਾ ਮਿਲਿਆ, ਰਲ ਕੇ ਸੇਵਾ ਕਰ ਲਈਏ, ਸਿੱਖੋ ਹੋਲਾ ਮਿਲਿਆ, ਰਲ ਕੇ ਸੇਵਾ ਕਰ ਲਈਏ, ਸਿੱਖੋ ਹੋਲਾ। ਸਿੱਖੋ ਸੇਵ ਕਮਾ ਲਈਏ, ਜੀਵਨ ਨੂੰ ਸਫਲ ਬਣਾ ਲਈਏ, ਆਓ ਸਿੱਖੋ ਸੇਵ ਕਮਾ, ਜੀਵਨ ਨੂੰ ਸਫਲ ਬਣਾ ਲਈਏ। ਤੇ ਉਹਨਾਂ ਲੋਕਾਂ ਨੇ ਅੱਗੋਂ ਆਖਿਆ, ਸਰਦਾਰਾਂ ਨੇ ਉਹਨਾਂ ਆਖਿਆ, ਉਹ ਸੰਮਾ ਸਿਆ ਉੱਥੇ ਤੇ ਸਾਨੂੰ ਪੁੱਛਿਆ ਹੀ ਨਹੀਂ ਤੂੰ। ਉਹ ਕਹਿੰਦੇ ਪਹਿਲਾਂ ਬਣਿਆ ਉੱਥੇ ਬੜਾਈ ਸੀ ਬੇਘਰ ਜੀ ਤੂੰ, ਪਹਿਲਾਂ ਬਣਿਆ ਉੱਥੇ ਬੜਾਈ ਸੀ ਬੇਗਰ ਜੀ ਤੂੰ, ਜਾ ਫਕਰਾ ਤੁਰ ਜਾ ਕਰਦਾ ਏ ਮਨ ਮਰਜੀ ਤੂੰ, ਜਾ ਫਕਰਾ ਤੁਰ ਜਾ ਕਰਦਾ ਅਸੀਂ ਜਾਣਾ ਨਹੀਂ ਦੀਵਾਨੇ ਆਵੇ, ਜਾ ਤੁਰ ਜਾ ਤੂੰ ਮਸਤਾਨੇ ਆਵੇ, ਅਸੀਂ ਜਾਣਾ ਨਹੀਂ ਦੀਵਾਨੇ ਆਵੇ, ਜਾ ਤੁਰ ਜਾ ਤੂੰ ਮਸਤਾਨੇ ਆਵੇ। ਸੰਤ ਸੰਮਾ ਸਿੰਘ ਕਹਿਣ ਲੱਗੇ, ਓਏ ਸੱਜਣੋ, ਮੇਰੇ ਤੇਰੇ ਕੀਤਿਆਂ ਕੁਝ ਨਹੀਂ ਗੱਲ ਬਣਦੀ, ਗੁਰੂ ਦੇ ਕੰਮ ਨੇ ਗੁਰੂ ਆਪੇ ਹੀ ਕਰ ਲੈਂਦਾ। ਉਹ ਕਹਿੰਦੇ ਤੂੰ ਮੈਂ ਕੀ ਕਰਨਾ, ਤੇ ਕਰਨ ਹਾਰ ਉਹਨੂੰ ਕਹਿੰਦੇ ਨੇ, ਇਹ ਕੰਮ ਗੁਰੂ ਦੇ
ਹੋਣੋ ਕਦੀ ਨਾ ਰਹਿੰਦੇ ਨੇ ਇਹ ਕੰਮ ਗੁਰੂ ਦੇ ਹੋਣੋ ਲਈਏ ਜੀਵਨ ਨੂੰ ਸਫਲ ਬਣਾ ਲਈਏ ਆਓ ਸਿੱਖੋ ਸੇਵ ਕਮਾ ਲਈਏ ਜੀਵਨ ਨੂੰ ਉਹਨਾਂ ਸਰਦਾਰਾਂ ਆਖਿਆ ਉਹ ਬਿਨਾਂ ਪੈਸੇ ਤੋਂ ਕਿਵੇਂ ਲੰਗਰ ਲਾਏਗਾ ਕਿਵੇਂ ਪ੍ਰਬੰਧ ਕਰੇਗਾ ਆਪਣੇ ਆਪ ਕਿਵੇਂ ਕੰਮ ਹੋ ਜਾਣਗੇ ਬਿਨ ਪੈਸੇ ਤੋਂ ਤਾਂ ਵਾਤ ਨਾ ਪੁੱਛਦੇ ਕਰਦੇ ਨੇ ਉਹ ਏਦਾਂ ਗੱਲਾਂ ਦੇ ਨਾਲ ਕੰਮ ਕਦੀ ਨਾ ਸਰਦੇ ਨੇ ਏਦਾਂ ਗੱਲਾਂ ਦੇ ਨਾਲ ਕੰਮ ਕਦੀ ਨਾ ਸਰਦੇ ਨੇ ਏਦਾਂ ਗੱਲਾਂ ਦੇ ਨਾਲ ਵਾਪਸ ਆ ਕੇ ਸੰਤ ਸੰਮਾ ਸਿੰਘ ਘਰ ਆ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਜਿਹਦੇ ਕੰਮ ਆ ਗੁਰੂ ਆਪੇ ਹੀ ਕਰਾ ਲਏਗਾ ਗੁਰਮੁਖ ਪਿਆਰਿਓ ਰਾਤ ਪਈ ਮਨ ਵਿੱਚ ਆਇਆ ਉਹ ਸਤਿਗੁਰਾ ਮੇਰੀ ਹੁਣ ਜ਼ਿੰਮੇਵਾਰੀ ਲੱਗੀ ਆ ਮੇਰੇ 'ਤੇ ਗੱਲ ਆ ਗਈ ਹੈ ਤੈਨੂੰ ਦੁਨੀਆ ਦਾ ਦਾਤਾ ਆਖਦੇ ਨੇ ਮੈਂ ਤਾਂ ਸੁਣਿਆ ਸੀ ਕਿ ਹਰ ਇੱਕ ਨੂੰ ਤੂੰ ਰੋਜੀ ਵੀ ਦੇਨਾ ਕੰਮ ਵੀ ਸਾਰਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਗੁਰਮੁਖ ਪਿਆਰਿਓ ਇੱਦਾਂ ਦਾ ਉਹ ਦਾਤਾ ਅਛਰ ਯਾਦ ਅਨੀਲ ਅਨਾਹਦ ਸਤ ਸਦੈਵ ਤੁਹੀ ਕਰਤਾਰਾ ਜੀਵ ਜਿੱਤੇ ਜਲ ਮੈਂ ਥਲ ਮੈਂ ਸਭ ਕੇ ਸਦ ਪੇਟ ਕੋ ਪੋਖਣ ਹਾਰਾ ਭਗਤ ਧੰਨਾ ਜੀ ਨੇ ਲਿਖਿਆ ਰੇਚਿਤ ਚਿਤ ਸਕੀਨਾ ਦਇਆਲ ਦਮੋਦਰ ਬਿਬੈ ਨ ਜਾਣਸ ਕੋਈ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ ਜਨਨੀ ਕਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਸ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਨ ਗੀਤ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਏ ਸੰਤ ਸੰਮਾ ਸਿੰਘ ਆਪਣੇ ਮਨ ਨੂੰ ਤਰਵਾਸ ਦਿੰਦੇ ਨੇ ਉਹ ਸੰਮਾ ਸਿਆ ਤੂੰ ਚਿੰਤਾ ਨਾ ਕਰ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦਇਆ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਿਗਾਰ ਦਸੋਂ ਪਾਤਸ਼ਾਹ ਨੇ ਲਿਖਿਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ ਪਸੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦ ਦੁਖਨ ਦੇਖਤ ਹੈ ਪਰ ਦੇਤ ਨਾ ਹਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਨਾਨਕ ਪ੍ਰਕਾਸ਼ ਵਿੱਚ ਰਾਓ ਰੰਕ ਗਜ ਚੀਟੀ ਜੋਈ ਸਭ ਕੋ ਦਾਤਾ ਤ੍ਰਾਤਾ ਸੋਈ ਅਪਰ ਬਿਖੈ ਸਮਰੱਥ ਹੈ ਕਹਾਂ ਜੀਵਨ ਕੋ ਪਾਲੇ ਜਹ ਕਹਾਂ ਘਰ ਜਦੋਂ ਆ ਗਿਆ ਤੇ ਗੁਰੂ ਰਾਮ ਸਿੰਘ ਦੇ ਰਾਤ ਨੂੰ ਦਰਸ਼ਨ ਹੋਏ ਗੁਰਮੁਖ ਪਿਆਰਿਓ ਗੁਰੂ ਰਾਮ ਸਿੰਘ ਨੇ ਰਾਤ ਨੂੰ ਦਰਸ਼ਨ ਦੇ ਕੇ ਆਖਿਆ ਚੀਨੀ ਵਾਲੇ ਸਤਿਗੁਰੂ ਦਿੱਤਾ ਏ ਦੀਦਾਰ ਆਣ ਕਹਿਣ ਸੰਮਾ ਸਿਆਂ ਦੱਸ ਕਿਉਂ ਘਬਰਾਵਦਾ ਓਏ ਮੈਂ ਤੇਰੇ ਨਾਲ ਕਿਹੜੀ ਗੱਲ ਤਿਉਂ ਤੂੰ ਤੋੜ ਸਿੱਖਾ ਮੇਰੇ ਹੁੰਦੇ ਦੱਸ ਕਿਉਂ ਤੂੰ ਕਿਸੇ ਕੋਲ ਜਾਵਦਾ ਤੇ ਪੁੱਤਰਾਂ ਤੋਂ ਵੱਧ ਕੇ ਪਿਆਰੇ ਮਸਤਾਨੇ ਮੈਨੂੰ
ਉਹ ਫੱਕਰਾਂ ਨੂੰ ਕਦੇ ਵੀ ਫਿਕਰ ਨਹੀਂ ਉਹ ਭਾਵਦਾ ਕਮਾਲ ਤਰ ਧੀਰ ਕਿਉਂ ਹੋਇਆ ਦਲਗੀਰ ਫਿਰੇ ਨਿੱਕੀ ਜਹੀ ਗੱਲ ਕਿਉਂ ਤੂੰ ਦਿਲ ਤੇ ਲਗਾਵਦਾ ਉਹ ਸਮਾਂ ਸਿਆ ਮੈਂ ਤੇਰੇ ਨਾਲ ਆ ਘਬਰਾਉਂਦਾ ਕਿਉਂ ਗੁਰਮੁਖ ਪਿਆਰਿਓ ਚਾਹ ਚੜ ਗਿਆ ਉਹ ਮੇਰਾ ਗੁਰੂ ਮੇਰੇ ਨਾਲ ਆ ਮੈਨੂੰ ਕਾਹਦੀ ਹੁਣ ਘਬਰਾ ਪਰਵਾਹ ਕਿਸੇ ਗੱਲ ਦੀ ਜਦੋਂ ਹੋਲਾ ਲਾਗੇ ਥੋੜੇ ਜੇ ਦਿਨ ਰਹਿ ਗਏ ਤੇ ਕਿਸੇ ਬੰਦੇ ਕੋਈ ਚਾਨਣੀ ਮੰਗਣ ਗਏ ਉਹਨੇ ਆਖਿਆ ਉਹ ਮੈਂ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ ਮੇਰੇ ਕੋਲ ਚਾਨਣੀ ਮੰਗਣ ਆ ਗਿਆ ਦੌੜ ਜਾ ਇੱਥੋਂ ਆਪੇ ਹੀ ਆਪ ਹੁਦਰਾ ਹੋਇਆ ਫਿਰਦਾ ਉਹ ਕਹਿੰਦਾ ਇਹ ਗੱਲ ਆ ਓਏ ਮੈਨੂੰ ਗੁਰੂ ਰਾਮ ਸਿੰਘ ਨੇ ਦਰਸ਼ਨ ਦਿੱਤਾ ਤੇ ਮੇਰੇ ਨਾਲ ਮੇਰਾ ਸਤਿਗੁਰੂ ਮੈਨੂੰ ਤੇਰੀ ਚਾਨਣੀ ਦੀ ਲੋੜ ਹੀ ਕੋਈ ਨਹੀਂ ਮੈਂ ਇੰਦਰ ਨੂੰ ਕਹਿ ਦਿਆਂਗਾ ਕਿ ਮੈਨੂੰ ਤਿੰਨ ਦਿਨਾਂ ਲਈ ਚਾਨਣੀ ਉਧਾਰੀ ਦੇ ਦੇ ਗੁਰਮੁਖ ਪਿਆਰਿਓ ਇੰਦਰ ਨਾ ਕਹਿੰਦੇ ਮੇਰੀ ਗੱਲ ਹੋ ਗਈ ਆ ਹੁਣ ਜਦੋਂ ਘਰੇ ਆਏ ਸਿੱਖਾਂ ਨੇ ਪੁੱਛਿਆ ਸੰਮਾ ਸਿਆ ਦੱਸ ਹੁਣ ਕੀ ਕਰੀਏ ਚਾਨਣੀ ਦਾ ਉਹਨੇ ਜਵਾਬ ਦੇ ਦਿੱਤਾ ਤੇ ਸੰਮਾ ਸਿਆ ਕਹਿੰਦਾ ਘਬਰਾਓ ਹੀ ਨਾ ਮੁਸੀਬਤ ਆ ਸਾਰੀ ਹੁਣ ਹੱਲ ਹੋ ਗਈ ਤੇ ਮੇਰੀ ਵੱਡੇ ਸ਼ਾਹੂਕਾਰ ਨਾਲ ਗੱਲ ਹੋ ਗਈ ਇਸ ਵਾਰੀ ਮੌਜ ਆਇਆ ਲਾਹੀ ਆਪਾਂ ਮੰਨਣੀ ਇਸ ਵਾਰੀ ਮੌਜ ਆਇਆ ਲਾਹੀ ਆਪਾਂ ਮੰਨਣੀ ਉਹ ਇੰਦਰ ਤੋਂ ਲੈ ਲਈ ਉਧਾਰੀ ਅਸੀਂ ਚਾਨਣੀ ਇੰਦਰ ਤੋਂ ਲੈ ਲਈ ਉਧਾਰੀ ਅਸੀਂ ਚਾਨਣੀ ਇੰਦਰ ਤੋਂ ਲੈ ਉਧਾਰੀ ਅਸਾਂ ਚਾਨਣੀ ਇੰਦਰ ਉਹ ਕਹਿੰਦੇ ਸਾਰੇ ਜੱਗ ਉੱਤੇ ਜਿਹੜਾ ਚਾਨਣ ਖਿਲਾਰਦਾ ਹੋਇਆ ਏ ਦੀਦਾਰ ਰਾਤੀ ਸੱਚੀ ਸਰਕਾਰ ਦਾ ਉਹ ਕਿਹਾ ਮੇਰੇ ਹੁੰਦੇ ਕਿਹਾ ਮੇਰੇ ਹੁੰਦੇ ਤਕਲੀਫ ਨਹੀਂ ਉਹ ਜਾਣਨੀ ਇੰਦਰ ਤੋਂ ਲੈ ਲਈ ਉਧਾਰੀ ਅਸਾਂ ਜਾਣਨੀ ਇੰਦਰ ਤੋਂ ਲੈ ਲਈ ਉਧਾਰੀ ਅਸਾਂ ਜਾਣਨੀ ਇੰਦਰ ਕੋਈ ਨੀ ਦੋ ਮਿੰਟ ਬਹਿ ਜੇ ਉਹ ਜੀਦੇ ਨਾਲ ਗੁਰੂ ਉਹਨੂੰ ਥੋੜ ਕੋਈ ਆਵੇ ਨਾ ਉਹ ਗੁਰੂ ਦਾ ਦੁਬਾਰਾ ਛੱਡ ਸਿੱਖ ਕਿਤੇ ਜਾਵੇ ਨਾ ਕਮਾਲ ਬਸ ਆਵੇ ਉਹਦੀ ਰਜਾ ਪਹਿਚਾਨਣੀ ਇੰਦਰ ਤੋਂ ਲੈ ਲਈ ਉਧਾਰੀ ਅਸਾਂ ਜਾਣਨੀ ਇੰਦਰ ਤੋਂ ਲੈ ਲਈ ਉਧਾਰੀ ਅਸਾਂ ਜਾਣਨੀ ਗੁਰਮੁਖ ਪਿਆਰਿਓ ਦਰਸ਼ਨ ਦਿੱਤੇ ਜਦੋਂ ਗੁਰੂ ਰਾਮ ਸਿੰਘ ਮਹਾਰਾਜ ਨੇ ਆਪਣੇ ਘਰੋਂ ਫਿਰ ਕਹਿੰਦੇ ਮੈਂ ਜਾਣਾ ਹੀ ਕਿਤੇ ਨਹੀਂ ਮਸਤ ਹੋ ਗਏ ਜਿਨ੍ਹਾਂ ਨੇ ਜਵਾਬ ਦਿੱਤਾ ਸੀ ਨਾ ਆਪ ਜ਼ਮੀਨਾਂ ਗਹਿਣੇ ਪਾ ਕੇ ਪੈਸੇ ਦੇਣ ਆਏ ਮੱਝਾਂ ਵੇਚ ਕੇ ਪੈਸੇ ਦਿੱਤੇ ਤੂੰ ਹੋਲਾ ਕਰ ਅਸੀਂ ਤੇਰੇ ਨਾਲ ਹਾਂ ਤੇ ਗੁਰਮੁਖ ਪਿਆਰਿਓ ਵਹਿਮੀ ਜੀ ਲਿਖਦੇ ਨੇ ਕਹਿੰਦੇ ਸੰਤ ਹਾਕਮ ਸਿੰਘ ਵਰਗੇ ਜਿਨ੍ਹਾਂ ਨੇ ਉਹ ਹੋਲਾ ਵੇਖਿਆ ਸੀ ਨਾ ਉਹ ਦੱਸਦੇ ਸਨ ਕਿ ਮਸਤ ਹੋਏ ਫਿਰਦੇ ਸਨ ਸੰਤ ਸੰਮਾ ਸਿੰਘ ਹੋਣੀ ਇੱਕ ਗੁਰੂ ਪ੍ਰਤਾਪ ਸਿੰਘ ਨੂੰ ਛੱਡ ਕੇ ਉਸ ਹੋਲੇ ਵਿੱਚ ਕਿਸੇ ਦੇ ਵੀ ਸਿਰ ਤੇ ਦਸਤਾਰ ਨਹੀਂ ਸੀ ਹੈਗੇ ਮਸਤ ਦੀਵਾਨੇ ਏਦਾਂ ਦਾ ਗੁਰਮੁਖ ਪਿਆਰਿਓ ਹੋਲਾ ਸੰਤ ਸੰਮਾ ਸਿੰਘ ਗਾਉਂਦੇ ਫਿਰਦੇ ਸਨ ਸੰਤਾਂ ਕੇ ਕਾਰਜ ਆਪ ਖਲੋਇਆ ਕੰਮ ਕਰਾਵਣ ਆਇਆ ਰਾਮ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਗੁਰਮੁਖ ਪਿਆਰਿਓ
ਇੱਕ ਦੁਨੀਆ ਦਾ ਰੰਗ ਆ ਕੱਚਾ, ਇੱਕ ਰੱਬ ਦਾ ਰੰਗ ਆ। ਪਰ ਜਿਨ੍ਹਾਂ ਨੇ ਉਹ ਚੋਲੇ ਸੀਤੇ ਸ਼ੁਭ ਗੁਣਾਂ ਦੇ ਨਾਮ ਰੰਗ ਵਿੱਚ ਰੰਗੇ, ਕਹਿੰਦੇ ਨੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਹੋਲੇ ਤੇ ਆਏ ਹੋਏ ਲੋਕਾਂ ਨੇ ਆਖਿਆ, ਅੱਜ ਤੱਕ ਲੋਕੀ ਕਹਿੰਦੇ ਨੇ ਸੰਤ ਸੰਮਾ ਸਿੰਘ ਦਾ ਨਾਂ ਲੈ ਕੇ, ਉਹ ਕਹਿੰਦੇ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੇ ਪਾਸ, ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੇ ਪਾਸ, ਜਿੰਨ ਕੇ ਪਿਆਰਿਓ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹਿ, ਗੱਜ ਕੇ ਕਹਿ ਲਓ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।